ਬਹੁਤ ਖੁਸ਼ੀ ਆ ਬਾਬਾ ਜੀ, ਕਿਉਂਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗ੍ਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ। ਤੇ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ, ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕਰੀਏ ਤੇ ਗਾਂ ਆਉਣ ਵਾਲੇ ਹੋਰ ਵੀ ਉਤਸ਼ਾਹ ਵਧੇਗਾ। ਹਾਂਜੀ, ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਿਤ ਕੀਤਾ, ਉਸਦਾ ਨਾਂ ਗੁਰਜੰਟ ਸਿੰਘ, ਉਹ ਯੂਕੇ ਆ। ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ, ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ। ਆਪਾਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਨਮਾਨ ਜਿੰਨਾ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ। ਵੇਖੋ ਜੀ, ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਹਾਂ ਤੇ 1.5-2 ਲੱਖ ਰੁਪਈਆ ਗਾਉਣ ਵਾਲੀਆਂ ਨੂੰ ਦੇ ਦਿੰਦੇ ਹਾਂ, ਜੋ ਨੱਚ ਗਾ ਕੇ ਗਾਂ ਜਾਂਦੀਆਂ ਕੰਜਰਖਾਨਾ ਕਜਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ। ਆਪਾਂ ਉਹਨਾਂ ਨੂੰ ਕੁਛ ਵੀ ਨਹੀਂ ਦੇਣ ਜੋਗੇ, ਜਿੰਨੇ ਕੁ ਜੋਗੇ ਉਹਨਾਂ ਕਿਤੇ ਸਨਮਾਨ ਕਰੀਏ। ਧੰਨ ਧੰਨ ਬਾਬਾ ਕਲਿਆਣਾ ਸਾਹਿਬ, ਅੰਮ੍ਰਿਤ ਸ਼ਹੀਦ ਮਹਾਂਪੁਰਖਾਂ ਸਾਡੇ ਸਥਾਨ ਆ। ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਆ, ਲੰਮੇ ਸਮੇਂ ਤੋਂ ਸੇਵਾ ਕਰਨ ਰਹੇ ਆ। ਬਹੁਤ ਸੋਹਣੀ ਇਹਨਾਂ ਸਬਰ ਅਤੇ ਸੰਤੋਖ ਦੇ ਨਾਲ, ਬੜੀ ਇੱਜ਼ਤ ਦੇ ਨਾਲ ਇਹਨਾਂ ਸੇਵਾ ਕੀਤੀ ਆ। ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ। ਬੜੀ ਇਹਨਾਂ ਨੇ ਕਦੀ ਕਿਸੇ ਗੱਲ ਦਾ ਕੋਈ ਤਮਾ ਨਹੀਂ ਕੀਤਾ, ਕੋਈ ਲਾਲਚ ਨਹੀਂ ਕੀਤਾ, ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ। ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਅਤੇ ਭਾਈ ਗੁਰਜੰਡ ਸਿੰਘ ਨੇ 2 ਤੋਲੇ ਕੈਂਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ। ਬਹੁਤ ਖੁਸ਼ੀ ਆ। ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸ਼ਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਆ, ਗੁਰਮੁਖੋ ਪਿਆਰਿਓ, ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ, ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ। ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਿਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ। ਬਾਕੀ ਗ੍ਰੰਥੀ ਸਿੰਘਾਂ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਅਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ। ਇਸੇ ਤਰ੍ਹਾਂ ਸਾਡੇ ਗਾਉਣ ਵਾਲੇ ਜਿਸ ਤਰ੍ਹਾਂ ਬੱਚੇ ਆ, ਕੁਛ ਸਮਾਂ ਕੱਢ ਕੇ ਸ਼ਾਮਾਂ ਨੂੰ ਜਾਂ ਸਵੇਰ ਦੇ ਟਾਈਮ, ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਆ, ਸਵੇਰ ਦੇ ਸਕੂਲ ਦਾ ਟਾਈਮ ਆ, ਅਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਥਿਆ ਜਿਹੜੀ ਆ ਉਹ ਆਪੋ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ। ਅਤੇ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਿਕਾਰ ਕਰਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾਸਾਂ ਬੇਨਤੀ ਕਰਦੇ ਰਹੇ ਹਾਂ ਅਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਉਹਨਾਂ ਨੇ ਆਪਣੀ ਖੁਸ਼ੀ ਨਾ ਕੀਤਾ, ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ। ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪੈ ਦਿੱਤਾ ਬਾਬਾ ਤੁਹਾਨੂੰ ਸਨਮਾਨਿਤ ਕਰਨਾ ਆ। ਮੈਨੂੰ 8-9 ਸਾਲ ਹੋ ਗਏ, ਉਦੋਂ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ, ਨਹੀਂ ਆ ਪਹਿਲੀ ਵਾਰੀ ਆ। ਉਸ ਤਰ੍ਹਾਂ ਮਾੜਾ ਛੋਟਾ ਮੋਟਾ ਚਲੋ ਚੱਲਦਾ ਰਹਿੰਦਾ ਕੰਮ, ਅਤੇ ਆਹ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ 'ਚ, ਪਹਿਲੀ ਵਾਰ ਆ ਜੀ ਲੱਗਦਾ ਪਿੰਡਾਂ 10-20 ਪਿੰਡਾਂ ਜੀ। ਮੈਨੂੰ ਖੁਸ਼ੀ ਬਹੁਤ ਜੀ, ਬਹੁਤ ਜ਼ਿਆਦਾ ਖੁਸ਼ੀ ਆ। ਹਾਂਜੀ, ਅਸੀਂ ਬਹੁਤ ਘੱਟ ਹੀ, ਬਹੁਤ ਘੱਟ ਚੱਜ ਨਾਲ ਕਮੇਟੀ ਵਾਲੇ ਨੇ ਪੈਸੇ ਦਿੰਦੇ ਅਤੇ ਬਹੁਤ ਘੱਟ ਲੋਕ ਕਰਦੇ ਆ। ਸਾਡਾ ਭਚੰਗੀ ਭਚੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ, ਅਤੇ ਬਾਕੀ ਗੁੜੀਆ ਉਹ ਪਾਠ ਕਰ ਲੈਂਦੀ ਆ, ਉਹ ਵਿਆਹੀ ਆ। ਮਾਣ ਸਤਿਕਾਰ ਵੀ ਘੱਟ ਮਿਲਦਾ, ਬਾਕੀ ਜਿੰਨੀ ਜ਼ਰੂਰਤ ਚਾਹੀਦੀ ਆ ਉਨੀ ਜਿਹੜੀ ਤਨਖਾਹ ਉਨੀ ਨਹੀਂ ਮਿਲਦੀ, ਉਹਨਾਂ ਨਹੀਂ ਹੈਗਾ। 5-7 ਹਜ਼ਾਰ ਨਾਲ ਕੀ ਬਣਦਾ, ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ। ਘੱਟ ਤੋਂ ਘੱਟ 15-20 ਹਜ਼ਾਰ ਰੁਪਇਆ ਗ੍ਰੰਥੀ ਤਨਖਾਹ ਚਾਹੀਦੀ ਆ, ਅਤੇ ਇਹ ਕਰਕੇ ਜ਼ਿਆਦਾ ਲੋਕ ਇਸ ਤੋਂ, ਇਹ ਕਰਕੇ ਵੀ ਕਈ ਬੰਦੇ ਮਾੜੇ ਮੋਟੇ ਪਾਠ ਕਰ ਵੀ ਲੈਂਦੇ ਆ, ਅਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ। ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਗੁਜ਼ਾਰਾ ਗ੍ਰੰਥੀ ਦਾ ਨਹੀਂ ਹੁੰਦਾ। ਐ ਜੀ ਫਿਜ਼ ਕਿੱਥੇ ਕਰਦੀ, ਉਹ ਨਹੀਂ ਕੁਛ ਵੀ ਕਰਦੀ, ਉਹ ਤਾਂ ਬਹੁਤ ਘੱਟ, ਉਹ 5-10 ਹਜ਼ਾਰ ਤੋਂ ਵੱਧ ਤਨਖਾਹ ਨਹੀਂ ਦਿੰਦੇ ਤੇ ਜੇ ਪਿੰਡਾਂ 'ਚ ਗ੍ਰੰਥੀ ਆ। ਹਾਂਜੀ, ਲੋਕਾਂ ਨੂੰ ਵੀ ਪਾਠ ਦੇ ਗ੍ਰੰਥੀਆਂ ਦਾ ਵੱਧ ਤੋਂ ਵੱਧ ਸਨਮਾਨ ਸਤਿਕਾਰ ਕਰੋ, ਅਤੇ ਇਹ ਕਰਕੇ ਜਿਹੜਾ ਨਗਰ ਦਾ ਸਤਿਕਾਰ ਹੋ ਜਾਵੇ, ਗ੍ਰੰਥੀਆਂ ਸਤਿਕਾਰ ਹੋ ਜਾਵੇ, ਗ੍ਰੰਥੀਆਂ ਦਾ ਸਤਿਕਾਰ ਉਹਨਾਂ ਵੱਧ ਥੋੜ੍ਹਾ ਆ, ਅਤੇ ਇਹ ਗ੍ਰੰਥੀਆਂ ਸਤਿਕਾਰ ਕਰੋ। ਅਤੇ ਜਿਹੜਾ ਸਤਿਕਾਰ ਮਾੜਾ ਸਤਿਕਾਰ ਆ, ਜੋ ਗੁਰੂ ਮਹਾਰਾਜ ਗ੍ਰੰਥੀ ਸਤਿਕਾਰ ਕਰਦਾ ਉਹ ਮਾੜਾ ਸਤਿਕਾਰ ਆ, ਇਹ ਕਰਕੇ ਵੱਧ ਤੋਂ ਵੱਧ ਕਰੋ। ਅਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ 'ਤੇ ਕਾਇਮ ਰਹਿਣ, ਉਹ ਵੀ ਆਪਣਾ ਪਾਠ ਪੂਜਾ ਕਰਨ ਅਤੇ ਆਪਣੇ ਸਹੀ ਰਹਿਣ, ਅਤੇ ਸੰਗਤਾਂ ਮਾਣ ਸਤਿਕਾਰ ਕਰਦੀਆਂ, ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਾਣ ਸਤਿਕਾਰ। ਹਾਂ, ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ। ਇਹ ਮਾਣ ਸਨਮਾਨ ਜਿਹੜਾ ਇਕੱਲੇ ਗ੍ਰੰਥੀ ਸਿੰਘ ਦਾ ਨਹੀਂ, ਇਹ ਸਾਰੇ ਪਿੰਡ ਦਾ ਹੀ ਮਾਣ ਸਨਮਾਨ ਆ ਜੀ। ਕਿਉਂਕਿ ਜੇ ਗ੍ਰੰਥੀ ਸਿੰਘ ਦਾ ਮਾਣ ਸਨਮਾਨ ਆਇਆ, ਸਮਝ ਲਓ ਸਾਰੇ ਪਿੰਡ ਦਾ ਮਾਣ ਸਨਮਾਨ ਹੋ ਗਿਆ। ਅਤੇ ਅੱਗੇ ਆ, ਇਹ ਸਾਡੇ ਗ੍ਰੰਥੀ ਬਹੁਤ ਹੀ ਮਿਹਨਤੀ ਆ, ਅਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ,
ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ 40 ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ। ਪਿੰਡ ਸਾਡਾ ਬਿਲਕੁਲ ਛੋਟਾ ਅਤੇ ਪਰ ਏਕਤਾ ਬਹੁਤ ਹੈ, ਗਰਾਹੀ ਬੜੀ ਵੱਧ ਚੜ ਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ। ਜਿਸ ਦਿਨ ਸਾਡੀ ਗਰਾਹੀ ਹੁੰਦੀ ਆ ਉਦਣ ਸਾਡੇ ਸੰਗਤ ਘੱਟੋ ਘੱਟ ਵੀ 100 ਤੋਂ ਉੱਪਰ ਹੁੰਦੇ ਆ ਅਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ। ਕਿਸੇ ਨੇ ਪਕੌੜਿਆਂ ਦਾ ਲੰਗਰ ਲਾਇਆ, ਕਿਸੇ ਨੇ ਜਲੇਬਾਂ ਦਾ ਲਾਇਆ, ਕਿਸੇ ਨੇ ਠੰਡਿਆਂ ਦਾ ਲਾਇਆ। ਬਹੁਤ ਏਕਤਾ ਸਾਡੀ ਨਗਰ ਦੀ ਜੀ, ਮਹਾਰਾਜ ਬਾਬਾ ਕਲਿਆਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਅਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੇ।